ਵੱਲਾ ਮੰਡੀ ਦਾ ਇੱਕ ਹੋਰ ਨਜ਼ਾਰਾ ਜੀ। ਸੁਖ ਸੰਧੂ ਜੀ ਅੰਮ੍ਰਿਤਸਰ ਵਾਲੇ ਪਹੁੰਚ ਚੁੱਕੇ ਜੀ ਆਪਾਂ ਇਹਨਾਂ ਕੋਲ, ਤੇ ਵੀਰਾਂ ਨੇ ਅੱਜ ਇਹਨਾਂ ਨੇ ਵੀ ਮੰਡੀ ਲਾਈ ਹੈ ਜੀ, ਚੰਗੀਆਂ ਗਾਵਾਂ ਵੀਰਾਂ ਨੇ ਕੋਲੋਂ, ਤੇ ਫਿਰ ਲੇਕਿਨ ਗੇੜਾ ਘੜਾ ਜੀ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੀਵਾਲੀ ਦੀਆਂ ਬਹੁਤ ਮੁਬਾਰਕਾਂ ਬਾਈ ਜੀ ਪਹਿਲਾਂ ਤੁਹਾਨੂੰ ਆਪਣੇ ਸਾਰੇ ਸੰਦੀਪ ਡੇਰੀ ਫਾਰਮ ਤੇ ਜਿੰਨੇ ਵੀ ਮੰਡੀ ਜੀ ਫਿਰ ਤੁਸੀਂ ਆ ਚੁੱਕੇ ਆ। ਹੋਰ ਸੁਣਾਓ ਜੀ। ਹਾਂਜੀ ਵਧੀਆ ਸੰਦੀਪ ਜੀ, ਵਧੀਆ। ਕਿਵੇਂ ਲੰਘ ਰਿਹਾ ਫਿਰ ਕਿਵੇਂ? ਹਾਂਜੀ ਵਧੀਆ ਚੱਲੀ ਜਾਂਦਾ ਸੰਦੀਪ ਜੀ। ਕੀ ਹਾਲਾਤ ਆ ਇੱਥੇ ਮੰਡੀ ਦੇ? ਹਾਂਜੀ ਮੰਡੀ ਦਾ ਵਧੀਆ ਮੋਲ ਚਾਲਿਆ, ਵਧੀਆ ਚੱਲੀ ਜਾਂਦਾ ਵਾ ਜੀ ਮੰਡੀ ਦਾ ਬਾਜ਼ਾਰ। ਅੱਛਾ ਜੀ ਬਾਜ਼ਾਰ, ਗਾਹਕ ਸ਼ੁਰੂ ਹੋ ਗਿਆ ਹੁਣ? ਹਾਂਜੀ ਗਾਹਕ ਸ਼ੁਰੂ ਹੋ ਗਿਆ ਜੀ। ਠੀਕ ਠੀਕ ਹੈ ਜੀ, ਠੀਕ ਹੈ। ਤੇ ਕਿੰਨੇ ਫਿਰ ਭਰ ਗਈ? ਹਜੇ ਮਾਲ ਥੋੜਾ ਘੱਟ ਆ ਨਾ ਜੀ, ਤਕਰੀਬਨ ਦੀਵਾਲੀ ਤੁਹਾਨੂੰ ਪਤਾ ਮੰਡੀ ਦੀ ਨਾ ਸੀ ਸਾਰਾ। ਹਾਂ ਥੋੜਾ, ਹਾਂ ਜੀ ਹਾਂ ਹਾਂ। ਇਹ ਤੇ ਬਸ ਕੋਈ 2-4 ਦਿਨਾਂ ਦੇ ਵਿੱਚ ਵਿੱਚ ਹੀ ਆ ਜੀ ਲੱਗੀ ਆ। ਫਿਰ ਵੀ ਬਾਜੀ ਬਹੁਤ ਆ ਗਿਆ 7 ਦਿਨ ਪਹਿਲਾਂ ਸੰਦੀਪ, ਪਰ ਨਹੀਂ ਜੋ ਮਾਲ ਸੰਦੀਪ ਜੀ ਹਰ ਵਾਰ ਹੁੰਦਾ ਹੈ ਨਾ। ਹਾਂ ਜੀ ਹਾਂ ਜੀ, ਉਹ ਮਾਲ ਨਹੀਂ ਰੇ ਨਾ। ਠੀਕ ਆ। ਹਾਂ ਜੀ ਹਾਂ ਜੀ, ਤੇ ਆਪਣੇ ਕੋਲ ਫਿਰ ਅੱਜ ਆਪਣੇ ਇੱਥੇ ਇੱਕ ਝੋਟੀ ਆ ਜੀ। ਹਾਂ ਜੀ, ਤੇ 7 ਵੈੜਾਂ ਆ। 7 ਵੈੜਾਂ? ਹਾਂ ਜੀ। ਸੂਈਆਂ ਸਾਰੀਆਂ? ਸਾਰੀਆਂ ਸੂਈਆਂ। ਕਰੀ ਸ਼ੁਰੂ ਫਿਰ? ਹਾਂ ਜੀ। ਚਲੋ ਦੱਸੋ ਝੋਟੀ ਬਾਰੇ। ਲੀਟਰ ਅੱਜ ਹੋਣੇ ਤੁਹਾਡੇ ਕੋਲ ਇੱਥੇ? ਲੀਟਰ ਵੀ ਹੈਗਾ ਸੀ, ਕੰਡਾ ਵੀ ਲਿਆਂਦਾ ਵਾ। ਅੱਛਾ ਕੰਡਾ ਵੀ ਨਾਲ ਲਿਆਂਦਾ, 16 ਕਿਲੋ ਝੋਟੀ ਦੇ ਕੋਲ ਤੋਂ। ਵਾਹ ਜੀ ਵਾਹ, ਦੇਖੋ ਜੀ 16 ਕਿਲੋ ਤੋਂ ਤਿਆਰ ਆ, ਦੇਖੋ ਲੇਵਾ ਬਿਲਕੁਲ ਜੈੱਡ ਬਲੈਕ ਦੇਖੋ ਜੀ। ਆ ਦੇਖ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ? ਸੂਈ 10-15 ਦਿਨ ਹੋ ਗਏ। 10-15 ਦਿਨ ਹੋ ਗਏ। ਬੱਚਾ ਮਗਰ? ਬੱਚਾ ਖੱਟਾ ਮਗਰ। ਹਾਂਜੀ ਵਿਖਾ ਤੇ ਦੰਦ ਨਹੀਂ ਜੀ, ਕੀਮਤ ਤੇ ਭਾਵੇਂ ਇਹ ਵੀ ਕਰੀਏ। ਹਾਂਜੀ ਤੇ ਇਹਨਾਂ ਦੇ ਭਾਵੇਂ ਕਰੀਏ 2.5। ਅੱਛਾ, ਕਿਉਂਕਿ ਮੰਡੀ 'ਚ ਤੁਸੀਂ ਕਿਹੜੀਆਂ ਝੋਟੀਆਂ ਦਾ ਨਾ? ਹਾਂਜੀ 3-3.5 ਲੱਖ ਰੁਪਇਆ ਮੰਗਦੇ ਆ। ਹਾਂਜੀ ਆਪਾਂ ਦੇਵਾਂਗੇ 2 ਲੱਖ, ਪੂਰੇ 2 ਲੱਖ। ਉਹ 'ਚ ਛੋੜ ਹੋ ਗਈ, ਕਿੰਨੀ ਕਰ ਦੋਗੇ? ਉਪਰਲੀ ਵੀ ਖੋਲੋ। ਕੱਲ ਦੀ ਸੂਈ ਆ ਮਗਰ ਇਹਦੇ ਮੱਛੀ ਆ, ਇਹਦੇ ਕੋਲ ਇਸ ਟਾਈਮ 25-26 ਕਿਲੋ ਬੋਲਾ ਤਿਆਰ ਹੋਊਗਾ। ਇਸ ਟਾਈਮ ਤਿਆਰ ਆ। ਤੇ ਫਿਰ ਇਹ ਕਿੰਨਾ ਕਰੂਗੀ? ਉਹ ਤੁਸੀਂ 40 ਪਲੱਸ ਕਰਾ ਜੀ। 40 ਪਲੱਸ? ਹਾਂਜੀ ਇਹਦੀ ਕੀਮਤ ਕਰੀਏ 81-75 ਦੇ, ਇਹ ਦੇਵਾਂਗੇ 1-40 ਦੀ। 1-40 ਜੀ, ਉਹ 'ਚ ਛੋੜ ਕਰਾਂਗੇ। ਕਿੰਨੀ? 20,000। ਖੋਲੋ ਉਹਦੇ ਕੋਲ ਆਪਾਂ ਇਸ ਟਾਈਮ 15 ਕਿਲੋ ਪੂਰੀ ਸਾਫ ਕੀਤੀ ਵੈੜ। ਹਾਂ ਤੇ ਵੈੜ ਜ਼ਿਆਦਾ ਨੀ, 25-26 ਕਿਲੋ ਵੈੜ ਤੇ ਫਿਰ ਇਹਨਾਂ ਦੀ ਕੀਮਤ? ਦੋਵਾਂ ਦੀ ਕੀਮਤ 60-60 ਹਜ਼ਾਰ ਰੁਪਈਆ ਜੇ ਜੋੜਾ ਲਵੇ।
ਜੋੜਾ ਪੂਰੇ 1 ਲੱਖ ਰੁਪਏ ਦਾ ਉਹਦੇ ਜਮਾਨ ਦਾ ਨਾ ਕਰਦਾ ਉਹ ਚੋ ਖੁਸ਼ੀ ਨਾ ਛੋੜ ਕੇ ਕਿੰਨੀ ਕਰ ਦੋਗੇ ਕਰਦੇ ਆ ਖੁਸ਼ੀ ਨਾ ਛੋੜ ਕੇ ਨਹੀਂ ਫਿਰ ਦੱਸ ਦੋ ਕੋਈ ਨਹੀਂ ਦੱਸ ਦੋ 2000 ਰੁਪਏ 2000 ਰੁਪਏ 98000 ਚਲੋ ਆ ਜਾਓ ਜੀ ਆ ਨਿੱਕੀ ਜਰਸੀ ਜਰਾ ਜਲਦੀ ਪਾਣੀ ਨਹੀਂ ਪੀਣਾ ਖੋਲ ਦੋਵੇਂ ਦੋਵੇਂ ਖੋਲ ਦੋਵੇਂ ਖੋਲ ਦੋਵੇਂ ਖੋਲ ਪਹਿਲਾ ਸੂਆ ਜੀ ਅੱਛਾ ਜੀ ਚਾਰ ਦੰਦ ਹੈ ਜੀ ਠੀਕ ਆ हां ठीक है पंताली हजार अज खोलो जोड़ा दो निक्के खोलो इधर ले इधर दो इधर लो जी देखो आओ हाँ जी हाँ जी चलो बांधो 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 हाँ जी नहीं जर्सी का मुल करते हैं 36000 अच्छा जी 35 दी दवांगे 35000 दी ओचो भी छोड़ करांगे इंदा इदे नाल जेडी काली फोली थी बैड हाँ जी वो भी 35 दी दे दे वो भी 35000 दी ओदा दो और छड़दा 33 दी 33000 दी बस आही बचूगा आ रे गिफ्ट ही आना ये सारे ने फ्री कर दोगे ए जे को सारीया लोग फ्री हो गए सने मजा हो गई फ्री हां जी सने माज दे नहीं है कोई ने कुछ के नहीं 13 किलो दूध होगा 13 किलो मगर बच्ची जो 5 6 दिन दी सुई आ ठीक है हां जी हां जी आ जाओ देखो जी आ गवाना सुख संत जी फ्री देने के आ है ये आज ये कोई सारीया लोग कठियां ता दे फ्री फ्री है गवा ओए कल्ली दवांगे 22000 दी अच्छा ਜੋ ਤਾਂ 12 13 ਕਿਲੋ ਆ ਹਾਂਜੀ ਕੱਲੀ ਦਵਾਂਗੇ 22000 ਦੀ ਜੇ ਕੋਈ ਸਾਰੀਆਂ ਝੋਟੀ ਸਮੇਤ ਲਓ ਫ੍ਰੀ ਦੇ ਦੇਵਾਂਗੇ ਤੇ ਜੇ ਝੋਟੀ ਕੋਈ ਲੈ ਗਿਆ ਫਿਰ ਝੋਟੀ ਕੋਈ ਲੈ ਗਿਆ ਉਹਦੇ ਤੇ ਛੋਟ ਹੀ ਕਰਾਂਗੇ ਖੁਸ਼ੀ ਨਹੀਂ ਉਹਦੇ ਨਾਲ ਗਾਂ ਕਰ ਦੋ ਫ੍ਰੀ ਨਹੀਂ ਉਹਦੇ ਨਾਲ ਗਾਂ ਫਿਰ 2 ਦੀ ਹੋ ਗਈ ਉਹ 2 ਲੱਖ ਦੀ ਦਵਾਂਗੇ ਗਾਂ ਉਹਦੇ ਨਾਲ ਫ੍ਰੀ ਹੋ ਗਈ ਫਿਰ ਤਾਜੀ ਸੂਈ ਆ ਤਾਜੀ ਸੂਈ ਲਿਆ ਕੋਈ ਝੋਟੀ ਲਊ ਦੇ ਦਾਂਗੇ ਨਾ ਹੈ ਝੋਟੀ ਜਾਂ ਝੋਟੀ ਲਊ ਉਹਨਾਂ ਨਾਲ ਦੇ ਹੀ ਦੇਵਾਂਗੇ ਜੇ ਗਾਂ ਫ੍ਰੀ ਦੇ ਦੇਵਾਂਗੇ ਦੇ ਦਾਂਗੇ ਇੱਕ 80 ਜੋ ਉੱਚਾ ਛੋਟ ਵੀ ਕਰਾਂਗੇ ਗਾਂ ਵੀ ਨਾਲ ਦੇਵਾਂਗੇ ਲੈ ਵੇਖ ਵੇ ਤੂੰ ਉੱਪਰ ਉਹ ਹੋਰੀ ਨਹੀਂ ਗਾ ਦੋ ਦਾਂ ਤਾਂ ਕੱਢੀ ਦਿੰਦੀ ਦੋ ਦਾਂ ਤਾਂ ਕੱਢੇ ਨੇ ਫੇਰ ਵਿਖਾਓ ਦੇਖੋ ਆ ਦੇਖੋ ਤੋਰੋ ਮੜਾ ਦੇ ਦਿੰਦਾ ਕੱਦ ਦੇ ਤੋਰੋ ਪਹਿਲੇ ਲੇਵਾ ਦੇ ਖਾ ਲੈ ਵੇਖ ਵੇਖ ਮੇਰੇ ਨਾਲ ਇਹ ਮੌਕਾ ਨਹੀਂ ਮਿਲਣਾ ਤੁਹਾਨੂੰ ਕਿਤੇ ਵਾਰ ਵਾਰ ਆ ਦੇਖੋ ਵਿਖਾਓ ਜੀ ਕਰਾ ਚੰਗੇ ਤਰ੍ਹਾਂ ਖਾ ਲੇਵਾ ਦਿਖਾਓ ਚੰਗੇ ਤਰ੍ਹਾਂ ਆ ਦੇਖੋ ਜੀ देखो आजो 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 दोबारा पुट दा दहाओ दंद द्वार तो बा ठीक है दो ही दंद है संजीव जी दो ही है दो ही है भी लगी ले ले चलो तू उठ ले चलो आ देखो ये दसी है 81 दी हां जी ओचो 2000 छड्डा ए नाल गां दवांगे 2000 छड्डा नाल गां नाल गां दे ऑफर नहीं मिलनी 24000 दी गां नाल दवांगे बिलकुल सही गल है ਸਰ ਹੋਰ ਜੀ ਫਿਰ ਬਾਹ ਹੋ ਗਿਆ ਨੰਬਰ ਬੋਲੋ ਨਾਮ ਸੁਖ ਸੰਧੂ ਆ ਜੀ 8146462 ਬਾਈ ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਆਪਣਾ ਬਾਕੀ ਵੀਰ ਆਪਣਾ ਕੋਲ ਕਰਕੇ ਵੀਰ ਆਈ ਜਾਵੇ ਨੰਬਰ ਇੱਕ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ।